ਅਜੋਕੇ ਸਮਾਜ ਵਿੱਚ ਜਿੰਦਾ ਰਹਿਣ ਲਈ ਲੜਕੀ ਨੂੰ ਹਰ ਵੇਲੇ ਆਪਣੀ ਉਪਜੀਵਕਾ ਲਈ ਹੱਥ ਪੈਰ ਮਾਰਨੇ ਪੈਂਦੇ ਹਨ, ਪਰ ਅਜਿਹਾ ਕਰਦੇ ਸਮੇਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਸ ਨੂੰ ਸਮਾਜ ਦੇ ਠੇਕੇਦਾਰਾਂ ਦੇ ਤਾਨਿਆਂ ਮਿਹਣਿਆਂ ਤੇ ਕਸਮੇ ਰਿਮਾਕਸਾਂ ਨੂੰ ਕੌੜਾ ਘੁੱਟ ਕਰਕੇ ਅੰਦਰ ਲਗਾਉਣਾ ਹੀ ਪੈਂਦਾ ਹੈ। ਡੰਡਿੰਗ ਇਸ ਦਾ ਕਾਰਨ ਇਹੀ ਹੈ ਕਿ ਔਰਤ ਸਾਡੇ ਸਮਾਜ ਵਿੱਚ ਸਦੀਆਂ ਤੋਂ ਲਤਾੜੀ ਆ ਰਹੀ ਹੈ ਤੇ ਆਦਮ ਜਾਤ ਦਾ ਇਸ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਇਤਨੀ ਦੇਰ ਤੋਂ ਬਣਿਆ ਆ ਰਿਹਾ ਹੈ, ਉਸ ਦਾ ਪ੍ਰਭਾਵ ਹਾਲੇ ਮੌਜੂਦ ਹੀ ਨਹੀਂ ਸਗੋਂ ਸਰਗਰਮ ਤੇ ਸ਼ਕਤੀਸ਼ਾਲੀ ਵੀ ਹੈ। ਡੰਡਿੰਗ ਇਹ ਗੱਲ ਚਮਕਦੀ ਧੁੱਪ ਵਾਂਗ ਸਪਸ਼ਟ ਹੈ ਕਿ ਜੰਮਣ ਦੇ ਪਹਿਲੇ ਸਵਾਸ ਤੋਂ ਲੈ ਕੇ ਮਰਨ ਤੱਕ ਦੇ ਆਖਰੀ ਸਵਾਸ ਤੱਕ ਔਰਤ ਨਾਲ ਕਿਸੇ ਨਾ ਕਿਸੇ ਕਿਸਮ ਦੀਆਂ ਵਧੀਕੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਡੰਡਿੰਗ ਬਚਪਨ ਵਿੱਚ ਉਹ ਭਰਾਵਾਂ ਦਾ ਜੂਠ ਖਾ ਕੇ ਲਗਾਉਂਦੀ ਹੈ, ਜਵਾਨੀ ਵਿੱਚ ਉਹ ਪਤੀ ਦਾ ਬਚਿਆ ਖਾ ਕੇ ਬਿਤਾਉਂਦੀ ਹੈ ਤੇ ਬੁਢਾਪੇ ਵਿੱਚ ਉਸ ਨੂੰ ਬੱਚਿਆਂ ਦੇ ਨਾ ਕਦਰੇ ਵਿਹਾਰ ਨਾਲ ਆਪਣਾ ਢਿੱਡ ਭਰਨਾ ਪੈਂਦਾ ਹੈ। ਡੰਡਿੰਗ ਇਸ ਵਿਤਕਰੇ ਭਰੇ ਕਾਰਨਾਂ ਕਰਕੇ ਹੀ ਭਾਰਤ ਵਿੱਚ ਔਰਤਾਂ ਦੀ ਉਮਰ ਤੇ ਗਿਣਤੀ ਮਰਦਾਂ ਦੇ ਮੁਕਾਬਲੇ ਵਿੱਚ ਘੱਟ ਹੈ। ਡੰਡਿੰਗ ਪੱਛਮ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਔਰਤਾਂ ਜਿਹੜੀਆਂ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਸਨ, ਮਰਦ ਸਮਾਜ ਤੇ ਆਰਥਿਕ ਢਾਂਚੇ ਦੀ ਮਦਦ ਲਈ ਘਰੋਂ ਬਾਹਰ ਨਿਕਲੀਆਂ ਅਤੇ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲੱਗੀਆਂ। ਡੰਡਿੰਗ ਉੱਥੇ ਹੁਣ ਔਰਤ ਮਰਦ ਦੇ ਪੇਸ਼ ਪੇਸ਼ ਹੈ, ਸਗੋਂ ਕਈ ਥਾਈਂ ਉਸ ਤੋਂ ਵੀ ਅੱਗੇ ਹੈ। ਡੰਡਿੰਗ ਉੱਥੇ ਕਈ ਕਿਤੇ ਤਾਂ ਐਵੇਂ ਲੱਗਦੇ ਹਨ ਜਿਵੇਂ ਔਰਤਾਂ ਦੀ ਇਜਾਰੇਦਾਰੀ ਵਿੱਚ ਆਉਂਦੇ ਹੋਣ, ਪਰ ਭਾਰਤ ਵਿੱਚ ਆਜ਼ਾਦੀ ਮਿਲਣ ਤੋਂ ਅੱਧੀ ਸਦੀ ਬੀਤ ਜਾਣ ਉਪਰੰਤ ਵੀ ਔਰਤਾਂ ਦੇ ਜੀਵਨ ਨਾਲ ਹਜ਼ਾਰਾਂ ਸਾਲਾਂ ਤੋਂ ਜੁੜੀਆਂ ਦਾਜ ਲਾਜ ਤੇ ਰਾਜ ਦੀਆਂ ਲਾਹਨਤਾਂ ਕਾਰਨ ਉਹ ਆਪਣੀ ਆਜ਼ਾਦਾਨਾ ਹਸਤੀ ਕਦੇ ਵੀ ਸਿਰਜ ਨਹੀਂ ਸਕੀ। ਡੰਡਿੰਗ ਅੱਜ ਵੀ ਭਾਰਤ ਦੀ ਬਹੁਤੀ ਔਰਤ ਵੱਲੋਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਡੰਡਿੰਗ ਉਸ ਦੀ ਹਸਤੀ ਦੀ ਪ੍ਰਤਿਭਾ ਆਟੇ ਵਿੱਚ ਲੂਣ ਦੇ ਬਰਾਬਰ ਉੱਭਰ ਕੇ ਸਾਹਮਣੇ ਆ ਸਕਦੀ ਹੈ। ਡੰਡਿੰਗ ਔਰਤਾਂ ਦੀ ਮੰਦਹਾਲੀ ਦੀ ਅਜਿਹੀ ਘਿਣਾਉਣੀ ਤਸਵੀਰ ਦੇ ਹੁੰਦਿਆਂ ਜੇ ਅਸੀਂ ਇਹ ਮਨਸੂਬੇ ਬਣਾਈਏ ਕਿ ਅਸੀਂ ਭਾਰਤ ਨੂੰ ਨਵ ਜੀਵਨ ਪ੍ਰਦਾਨ ਕਰਨ ਲਈ ਅੱਗੇ ਵੱਧ ਰਹੇ ਹਾਂ, ਨਵੀਨਤਮ ਟੈਕਨੋਲੋਜੀ ਨਾਲ ਆਪਣੇ ਦੇਸ਼ ਦਾ ਗੁਲਸ਼ਨ ਹਰਾ ਭਰਾ ਕਰ ਰਹੇ ਹਾਂ, ਤਾਂ ਇਹ ਸਾਡੀ ਆਮ ਖਿਆਲੀ ਹੀ ਹੋ ਸਕਦੀ ਹੈ। ਡੰਡਿੰਗ ਔਰਤ ਘਰ ਦੀ ਸਿਰਜਣਹਾਰ ਹੈ। ਡੰਡਿੰਗ ਚੰਗੀ ਔਰਤ ਤੇ ਪੜ੍ਹੀ ਲਿਖੀ ਔਰਤ, ਬਾ ਇੱਜ਼ਤ ਔਰਤ ਤੇ ਬਾਵਕਾਰ ਔਰਤ ਘਰ ਨੂੰ ਬੱਚਿਆਂ ਨੂੰ ਵਾਤਾਵਰਣ ਨੂੰ ਸੰਵਾਰ ਤੇ ਸ਼ਿੰਗਾਰ ਸਕਦੀ ਹੈ। ਡੰਡਿੰਗ ਸੰਖੇਪ ਵਿੱਚ ਔਰਤਾਂ ਦੀ ਬਿਹਤਰੀ ਲਈ ਖਰਚਿਆ ਧਨ ਕਈ ਗੁਣਾ ਵੱਧ ਰੂਪ ਵਿੱਚ ਵਾਪਸ ਪਰਤਦਾ ਹੈ ਤੇ ਇਸਤਰੀ ਦੀ ਪ੍ਰਗਤੀ ਨਾਲ ਮਨੁੱਖਤਾ ਵਿੱਚ ਸੁਹਿਰਦਤਾ ਤੇ ਪ੍ਰਗਤੀਸ਼ੀਲਤਾ ਦਾ ਪਸਾਰਾ ਹੁੰਦਾ ਹੈ। ਡੰਡਿੰਗ ਇਸ ਲਈ
ਅਸੀਂ ਆਧੁਨਿਕ ਭਾਰਤ ਦਾ ਨਿਰਮਾਣ ਕਰਨਾ ਹੈ ਤਾਂ ਸਾਡੀਆਂ ਯੋਜਨਾਵਾਂ ਵਿੱਚ ਇਸਤਰੀ ਵਰਗ ਦੀ ਭਲਾਈ ਲਈ ਉਲੇਖਯੋਗ ਤੇ ਠੋਸ ਸਕੀਮਾਂ ਹੋਣੀਆਂ ਚਾਹੀਦੀਆਂ ਹਨ। ਡੰਡਿੰਗ ਇਹ ਗੱਲ ਬੇਸ਼ੱਕ ਕੰਪਿਊਟਰ ਕੋਲੋਂ ਵੀ ਪੁੱਛ ਲਵੋ ਕਿ ਜਿਸ ਦੇਸ਼ ਅਤੇ ਸਮਾਜ ਦੀਆਂ ਔਰਤਾਂ ਦਾਜ ਤੇ ਬੇਇਨਸਾਫੀ ਦੀ ਬਲੀ ਚੜ੍ਹਦੀਆਂ ਰਹਿਣਗੀਆਂ, ਉਹ ਦੇਸ਼ ਜੇ ਇੱਕ ਕਦਮ ਅੱਗੇ ਰੱਖੇਗਾ ਤਾਂ ਉਸ ਦੇ ਦੋ ਕਦਮ ਪਿੱਛੇ ਪੈਣਗੇ। ਡੰਡਿੰਗ ਸਾਡੇ ਸਮਾਜ ਦਾ ਕਲਿਆਣ ਔਰਤ ਪ੍ਰਤੀ ਸਾਡੀ ਸੋਚ ਤੇ ਨਿਰਭਰ ਕਰਦਾ ਹੈ।